ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਚੰਚਲ ਮਨੋਰ ਸਿੰਘ ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਿਹਾ ਇੱਕ ਅਜਿਹੀ ਖਬਰ ਜਿਸ ਦੇ ਵੀਡੀਓ ਜਦੋਂ ਵਾਇਰਲ ਹੋਏਗੀ ਤਾਂ ਸਾਰੇ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਹੀ ਤਹਿਲਕਾ ਨਹੀਂ ਮੱਚੇਗਾ ਬਲਕਿ ਵਿਸ਼ਵ ਪੱਧਰ ਤੇ ਤਹਿਲਕਾ ਮੱਚ ਜਾਏਗਾ ਕਿ ਇਹ ਦੋ ਲੀਡਰ ਕੌਣ ਹਨ ਇਹ ਅਕਾਲੀ ਹਨ ਇਹਨਾਂ ਨੇ ਜੋ ਜ਼ਮੀਨ ਖਰੀਦੀ ਹੈ ਉਸ ਦਾ ਪੈਸਾ ਕਿੱਥੋਂ ਆਇਆ ਔਰ ਇਹ ਜ਼ਮੀਨ ਵੱਡੇ ਮੁਲਕ ਦੀ ਵਿੱਚ ਖਰੀਦੀ ਗਈ ਆ ਇਸ ਸਾਰੇ ਵੇਰਵੇ ਨੂੰ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਤੋਂ ਪਹਿਲੇ ਮੇਰੀ ਆਪ ਜੀ ਨੂੰ ਗੁਜਾਰਿਸ਼ ਹੈ ਜੇਕਰ ਤੁਸੀਂ ਹੁਣ ਤੀਕ ਅੰਮ੍ਰਿਤ ਪ੍ਰਸਾਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਅਤੇ ਇਸ ਦਾ ਬੈਲ ਆਈਕਨ ਜ਼ਰੂਰ ਦਬਾਓ ਕੰਟੀ ਦਬਾਓਗੇ ਤੇ ਜਿਹੜੀ ਵੀ ਅਸੀਂ ਵੀਡੀਓ ਬਣਾਵਾਂਗੇ ਜ्यों ਹੀ ਅਸੀਂ ਵਾਇਰਲ ਕਰਾਂਗੇ ਸਿੱਧੀ ਤੁਹਾਡੇ ਕੋਲ ਪਹੁੰਚੇਗੀ ਸੋ ਖਬਰ ਇਹ ਹੈ ਕਿ ਦੋ ਅਕਾਲੀ ਲੀਡਰਾਂ ਨੇ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਜ਼ਮੀਨ ਖਰੀਦੀ ਹੈ ਇਹ ਦੱਸਿਆ ਗਿਆ ਸਾਨੂੰ ਉਹਨਾਂ ਲੀਡਰਾਂ ਦੇ ਨਜ਼ਦੀਕੀ ਸੋਰਸਾਂ ਨੇ ਕਿ ਇੱਕ ਲੀਡਰ ਨੇ ਤਾਂ 2000 ਤੋਂ ਲੈ ਕੇ 2400 ਏਕੜ ਤੱਕ ਖਰੀਦੀ ਹੈ ਅਤੇ ਜਿਹੜਾ ਉਹਨਾਂ ਦੇ ਨਾਲ ਦੂਜਾ ਲੀਡਰ ਸੀ ਉਸ ਨੇ 500 ਏਕੜ ਜ਼ਮੀਨ ਖਰੀਦੀ ਹੈ ਇਹ ਜ਼ਮੀਨ ਖਰੀਦੀ ਗਈ ਹੈ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਚ ਆਸਟ੍ਰੇਲੀਆ ਨੇ ਪਰਥ ਸਿਟੀ ਨੂੰ ਵਿਕਸਿਤ ਕਰਨ ਲਈ ਜਿੱਥੇ ਅਰਬਨ ਡਿਵੈਲਪਮੈਂਟ ਦਾ ਕੰਮ ਆਰੰਭਿਆ ਹੋਇਆ ਉੱਥੇ ਉਹਨਾਂ ਨੇ ਇਹਦੇ ਨਾਲ ਹੀ ਇਸ ਦੇ ਪਿੰਡੂ ਇਲਾਕਿਆਂ ਜਾਨੀ ਰੂਰਲ ਏਰੀਏ ਨੂੰ ਐਗਰੀਕਲਚਰ ਫਾਰਮਸਟੈਡ ਜਾਨੀ ਘੋੜੇ ਤੁਸੀਂ ਪਾਲਨੇ ਹੋਣ ਸਟੈਡ ਤੁਹਾਨੂੰ ਪਤਾ ਹੈ ਪੰਜਾਬ ਦੇ ਲੋਕਾਂ ਨੂੰ ਘੋੜੇ ਪਾਲਣ ਦਾ ਇਹ ਜੋ ਮੁਕਸਰ ਦਾ ਏਰੀਆ ਹੈ ਬਠਿੰਡੇ ਦਾ ਇਸ ਵਿੱਚ ਵੱਡੇ ਵੱਡੇ ਜੋ ਪੰਜਾਬ ਦੇ ਜ਼ਗੀਰਦਾਰਾਂ ਉਹਨਾਂ ਦੇ ਸਟੱਡ ਹਨ ਤੁਸੀਂ ਜਾਓਗੇ ਮੁਕਸਰ ਵੱਲ ਤੇ ਸੜਕ ਤੇ ਹੀ ਹੋਲਡਿੰਗ ਲੱਗੀਆਂ ਹੋਈਆਂ ਹਨ ਫਲਾਣੇ ਦਾ ਸਟੱਡ ਫਾਰਮ ਫਲਾਣੇ ਦਾ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਪੈਲੇਸ ਦੀ ਬੇਸਮੈਂਟ ਵਿੱਚ ਵੀ ਉਹਨਾਂ ਨੇ ਘੋੜੇ ਪਾਲੇ ਹੋਏ ਹਨ ਸੋ ਇਹ ਵੱਡੇ ਵੱਡੇ ਜ਼ਗੀਰਦਾਰਾਂ ਅਤੇ ਅਮੀਰ ਪੰਜਾਬ ਦੇ ਪਿੰਡਾਂ ਵਿੱਚ ਰਹਿਣ ਵਾਲੇ ਜ਼ਗੀਰਦਾਰਾਂ ਦੇ ਸ਼ੌਂਕਾਨ ਕੇ ਘੋੜੇ ਪਾਲ ਕੇ ਵੇਚਣ ਸੋ ਉੱਥੇ ਸਟੈਡ ਫਾਰਮ ਬਣਾਉਣ ਲਈ ਕਣਕ ਪੈਦਾ ਕਰਨ ਲਈ ਭੇਡਾਂ ਤੇ ਬੱਕਰੀਆਂ ਦੇ ਫਾਰਮ ਬੀਫ ਦੇ ਫਾਰਮ ਇਹ ਸਾਰੀਆਂ ਐਡਵਰਟਾਈਜ਼ਮੈਂਟਸ ਆਸਟ੍ਰੇਲੀਆ ਵੱਖ-ਵੱਖ ਅਖਬਾਰਾਂ ਚ ਦੇਂਦਾ ਰਹਿੰਦਾ ਔਰ ਜੋ ਪੰਜਾਬ ਦੇ ਲੀਡਰਾਂ ਨੇ ਜ਼ਮੀਨ ਖਰੀਦੀ ਹੈ ਉਹ ਜ਼ਮੀਨ अर्बन ਡਵੈਲਪਮੈਂਟ ਲਈ ਨਹੀਂ ਬਲਕਿ ਉਹ ਕਾਸ਼ਤਕਾਰੀ ਲਈ ਐਗਰੀਕਲਚਰ ਲੈਂਡ ਹੈ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਲੋਕਾਂ ਨੇ ਕੈਲੀਫੋਰਨੀਆ ਵਿੱਚ ਤੇ ਕੈਨੇਡਾ ਵਿੱਚ ਬਹੁਤ ਸਾਰੇ ਫਾਰਮ ਬਣਾਏ ਆ ਇੱਥੋਂ ਜਾ ਕੇ ਇੱਥੋਂ ਜ਼ਮੀਨਾਂ ਵੇਚ ਕੇ ਉੱਥੋਂ ਸਸਤੀਆਂ ਜ਼ਮੀਨਾਂ ਲੈ ਕੇ ਵੜੀਆਂ ਵੱਡੇ ਫਾਰਮ ਬਣਾਏ ਆ ਪਰ ਇਹ ਜੋ ਦੋ ਲੀਡਰ ਹਨ ਇਹ ਤਾਂ ਸਿਆਸਤ ਵਿੱਚ ਅੱਜ ਵੀ ਐਕਟਿਵ ਹਨ ਇਹਨਾਂ ਕੋਲੇ ਪੈਸਾ ਕਿੱਥੋਂ ਆਇਆ ਸਵਾਲ ਤੇ ਇਸ ਗੱਲ ਦਾ ਔਰ ਇਹ ਭੇਦ ਕਿਵੇਂ ਨਿਕਲਿਆ ਮੈਂ ਤੁਹਾਨੂੰ ਇਸ ਦੀ ਇੱਕ ਬੜੀ ਭੇਦ ਭਰੀ ਗੱਲ ਦੱਸ ਰਿਹਾ ਕਿ ਜਿਹੜੀ ਆਸਟ੍ਰੇਲੀਆ ਵਿੱਚ ਜ਼ਮੀਨ ਵੇਚੀ ਹੈ ਉਹ ਇੱਕ ਚਾਈਨਿਸ ਨੇ ਵੇਚੀ ਹੈ ਉਸ ਚਾਈਨੀਜ਼ ਨੂੰ ਪੰਜਾਬੀ ਨਹੀਂ ਆਉਂਦੀ ਸੀ ਤੇ ਜਿਹੜੇ ਸਾਡੇ ਖਰੀਦਣ ਵਾਲੇ ਗਏ ਸੀ ਇੱਥੋਂ ਅਕਾਲੀ ਲੀਡਰ ਉਹਨਾਂ ਨੂੰ ਚਾਈਨੀਜ਼ ਨਹੀਂ ਆਉਂਦੀ ਸੀ ਉਹਨਾਂ ਨੇ ਫਿਰ ਇੱਕ ਹੋਰ ਮੁਲਕ ਤੋਂ ਭਾਰਤ ਤੋਂ ਨਹੀਂ ਇੱਕ ਹੋਰ ਮੁਲਕ ਤੋਂ ਇੱਕ ਦੋ ਭਾਸ਼ਿਆ ਲੱਭਿਆ ਜਿਸ ਨੂੰ ਪੰਜਾਬੀ ਵੀ ਆਉਂਦੀ ਹੋਵੇ ਤੇ ਜਿਸ ਨੂੰ ਚਾਈਨੀਜ਼ ਵੀ ਆਉਂਦੀ ਹੋਵੇ ਉਸ ਨੂੰ ਇੱਕ ਵਿਸ਼ੇਸ਼ ਫਲਾਈਟ ਵਿੱਚ ਆਸਟ੍ਰੇਲੀਆ ਲਿਜਾਇਆ ਗਿਆ ਫਿਰ ਉਥੋਂ ਪਰਥ ਲਿਜਾਇਆ ਗਿਆ ਤਾਂ ਉਸਨੇ ਜੋ ਇਹ ਸੌਦੇਬਾਜ਼ੀ ਹੋਈ ਉਸ ਦਾ ਸਾਰਾ ਦੋ ਪਾਸਿਓਂ ਨੇ ਦੋਨਾਂ ਭਾਸ਼ਾ ਵਿੱਚ ਉਸ ਦਾ ਅਨੁਵਾਦ ਕਰਕੇ ਦੋਨਾਂ ਖਰੀਦਣ ਵਾਲੇ ਨੂੰ ਵੀ ਤੇ ਵੇਚਣ ਵਾਲੀ ਟੋਲੀ ਨੂੰ ਵੀ ਸਾਰਾ ਕੁਝ ਸਮਝਾਇਆ ਬਹੁਤ ਵਾਰੀ ਸਿਆਸਤਦਾਨ ਇਹ ਸੋਚਦੇ ਹਨ ਕਿ ਜੋ ਉਹ ਸੌਦੇਬਾਜ਼ੀ ਕਰ ਰਹੇ ਹਨ ਇਹਦਾ ਸ਼ਾਇਦ ਭੇਦ ਕਦੀ ਨਹੀਂ ਨਿਕਲੇਗਾ ਪਰ ਅਜੇ ਆ ਨਹੀਂ ਹੋਇਆ ਕਿਉਂਕਿ ਜਦ ਗੱਲ ਦੋ ਤੋਂ ਤਿੰਨ ਵਿੱਚ ਹੋ ਗਈ ਤਿੰਨ ਤੋਂ ਗੱਲ ਹੋਰ ਫੈਲ ਗਈ ਔਰ ਫੈਲਦੀ ਫੈਲਦੀ ਇੱਕ ਕਾਲੀ ਲੀਡਰ ਮੇਰੇ ਤੱਕ ਪੁੱਜ ਗਿਆ ਮੇਰੇ ਕੋਲੇ ਖਬਰ ਬੜੀ देर ਦੀ ਸੀ ਪਰ ਮੈਂ ਇਸ ਦੀ ਕਨਫਰਮੇਸ਼ਨ ਲਈ ਕਾਫੀ ਮਿਹਨਤ ਕੀਤੀ ਕੋਸ਼ਿਸ਼ ਕੀਤੀ ਕੋਸ਼ਿਸ਼ ਕਰਦਿਆਂ 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 ਮੈਨੂੰ ਇੱਕ ਅਕਾਲੀ ਲੀਡਰ ਨੇ ਦੱਸਿਆ ਕਿ ਬਈ ਇਹਨਾਂ ਨੇ ਇੱਕ ਦੋ ਭਾਸ਼ਿਆ ਵੀ ਹਾਇਰ ਕੀਤਾ ਸੀ ਉਹਨੂੰ ਮੋਟੀ ਰਕਮ ਦਿੱਤੀ ਮੋਟੀ ਰਕਮ ਉਹ ਵਿਸ਼ੇਸ਼ ਤੌਰ ਤੇ ਪਰਥ ਲਗਿਆ ਉਥੇ ਪਹੁੰਚ ਕੇ ਉਹਨੇ ਇਹਨਾਂ ਦੀ ਮਦਦ ਕੀਤੀ ਕਿਉਂਕਿ ਇਹਦੇ ਬਾਅਦ ਡਾਕੂਮੈਂਟ ਤਿਆਰ ਹੋਣੇ ਸੀ ਬਲਾ 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 ਸੋ ਇਹ ਜੋ ਮੈਂ ਤੁਹਾਨੂੰ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਖਬਰ ਨੇ ਅਕਾਲੀ ਹਲਕਿਆਂ ਵਿੱਚ ਖਲਬਲੀ ਮਚਾ ਦੇਣੀ ਹੈ ਕਿ ਇਹ ਕਿਹੜੇ ਲੀਡਰ ਹਨ ਉਹਨਾਂ ਕੋਲ 2400 ਏਕੜ ਜਾਂ 500 ਏਕੜ ਜ਼ਮੀਨ ਖਰੀਦਣ ਦਾ ਪੈਸਾ ਕਿੱਥੋਂ ਆਇਆ ਦੱਸਣ ਵਾਲੇ ਨੇ ਤਾਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਇੱਕ ਵੀਡ ਦਾ ਫਰਾਡ ਹੋਇਆ ਸੀ ਕੋਈ ਉਹਦੀ ਜਿਹੜੀ ਰਕਮ ਸੀ ਉਹਦਾ ਕੁਝ ਹਿੱਸਾ ਜਿਹੜਾ ਇਹ ਉਰੇ ਤੁਹਾਨੂੰ ਪਤਾ ਹੈ ਵੀ ਇਹ ਸਾਰਾ ਪੈਸਾ ਹਵਾਲੇ ਰਾਈ ਜਾਂਦਾ ਇਹ ਪੈਸਾ ਕਦੀ ਵੀ ਜਿਹੜੇ ਜੈਨੂਅਨ ਸੋਰਸ ਹੁੰਦੇ ਨੇ ਬੈਂਕਾਂ ਦੇ ਥਰੂ ਨਹੀਂ ਜਾਂਦਾ ਇਹ ਪੈਸਾ ਤੇ ਲੁੱਟਕ ਸੁੱਟਦਾ ਹੁੰਦਾ ਲੋਕਾਂ ਦੀ ਗਰੀਬ ਮਾਰ ਕੀਤੀ ਹੁੰਦੀ ਹੈ ਉਹਦਾ ਹੁੰਦਾ ਇਹ ਪੈਸਾ ਤੇ ਠੱਗਿਆਂ ਦਾ ਪੈਸਾ ਹੁੰਦਾ ਇਹ ਜੋ ਠੱਗ ਕੌਣ ਹੋ ਸਕਦੇ ਇਹ ਤੁਹਾਡੀ ਆਪਣੀ ਅਕਲ ਦੀ ਦਾਤ ਹੋਏਗੀ ਜੇਕਰ ਤੁਸੀਂ ਨਿਸ਼ਾਨਦੇਹੀ ਕਰਨ ਚ ਕਾਮਯਾਬ ਹੋ ਜਾਓਗੇ ਮੈਂ ਤਾਂ ਸਿਰਫ ਤੁਹਾਡੇ ਨਾਲ ਕੁਝ ਅਜੀਬ ਵਿਸ਼ੇਸ਼ਤਾ ਇਸ ਲਈ ਪੇਸ਼ ਕੀਤੇ ਕਿ ਇਹ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਅਕਾਲੀ ਲੀਡਰ ਹਨ ਅਕਾਲੀ ਤੇ ਕਈ ਕਿਸਮ ਦੇ ਅਕਾਲੀ ਹਨ ਕਈ ਅਕਾਲੀ ਦਲਾਂ ਤੁਸੀਂ ਦੇਖੋ ਪੰਜਾਬ ਵਿੱਚ 5-6 ਹਨ ਫਿਰ ਦਿੱਲੀ ਚ 5-6 ਹਨ ਇੱਥੇ ਤੁਹਾਨੂੰ ਲੱਭਣਾ ਪਏਗਾ ਵੀ ਇਹ ਕਿਹੜੇ ਅਕਾਲੀ ਦਲ ਦੇ ਹੋ ਸਕਦੇ ਹਨ ਮੈਂ ਕਿਸੇ ਅਕਾਲੀ ਦਲ ਦਾ ਨਾਂ ਨਹੀਂ ਲੈ ਰਿਹਾ ਮੈਂ ਜਾਣ ਕੇ ਰੋਕ ਰਿਹਾ ਨਾ ਚਾਹੇ ਮੈਨੂੰ ਪਤਾ ਹੈ ਮੈਂ ਇਹ ਤੁਹਾਡੀ ਸਮਝ ਤੇ ਛੱਡ ਰਿਹਾ ਤੁਹਾਡੀ ਇਸ ਅਕਲ ਦੀ ਦਾਤ ਤੇ ਛੱਡ ਰਿਹਾ ਕਿ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਇਹ ਕਿੰਨਾ ਦਾ ਸ਼ੌਂਕ ਹੋ ਸਕਦਾ ਹੈ ਕਿ ਉਹ ਵਿਦੇਸ਼ਾਂ ਵਿੱਚ ਵੱਡਾ ਫਾਰਮ ਬਣਾ ਰਹੇ ਨੇ ਤੇ ਕੀ ਸੋਚ ਕੇ ਬਣਾ ਰਹੇ ਨੇ ਤੋ ਤੁਹਾਨੂੰ ਇਹ ਪੂਰਾ ਪਤਾ ਹੈ ਕਿ ਜੋ ਪੈਸਾ ਹਵਾਲੇ ਰਾਈਂ ਹੀ ਵਿਦੇਸ਼ਾਂ ਚ ਜਾਂਦਾ ਤੁਸੀਂ ਦੇਖ ਰਹੇ ਹੋ ਕੇਜਰੀਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਹਨ ਅਤੇ ਦਿੱਲੀ ਦੇ ਮੁੱਖ ਮੰਤਰੀ ਹਨ ਉਹ ਕਿੰਨੀ ਵੱਡੀ ਵਿਵਤਾ ਵਿੱਚ ਫਸੇ ਹੋਏ ਹਨ ਕਿਉਂਕਿ ਜਿਹੜਾ ਐਕਸਾਈਜ਼ ਪਾਲਿਸੀ ਵਿੱਚ ਹਿਰਾਫੇਰੀ ਹੋਈ ਹੈ ਜਾਂ ਨਹੀਂ ਹੋਈ ਕਿਉਂਕਿ 2022 ਦੀ ਐਕਸਾਈਜ਼ ਪਾਲਸੀ ਨੂੰ ਵਿੱਚ ਵਿਚਾਲੇ ਬੰਦ ਕਰਕੇ ਫਿਰ ਨਵੀਂ ਪਾਲਸੀ ਸ਼ੁਰੂ ਕੀਤੀ ਗਈ ਜਿਹੜੀ ਕਿ ਸ਼ੱਕ ਦੀ ਨਿਗਾਹ ਵਿੱਚ ਪੈ ਗਈ ਤੇ ਉੱਥੋਂ ਦੇ ਲੈਫਟੀਨੈਂਟ ਗਵਰਨਰ ਨੇ ਇਸ ਦੀ ਇਨਵੈਸਟੀਗੇਸ਼ਨ ਲਈ ਜਾਂਚ ਕਮੇਟੀ ਵੀ ਬਣਾਦੀ بگੜਦੀ بگੜਦੀ ਗੱਲ ਇੱਥੇ ਤੱਕ ਹੋ ਗਈ ਕਿ ਉਹਨਾਂ ਦੇ ਕਈ ਲੀਡਰ ਜੇਲ੍ਹ ਚਾਂ ਸੋ ਐਸੇ ਪ੍ਰਕਾਰ ਇਹ ਜੋ ਪੈਸਾ ਇਹ ਹਵਾਲੇ ਰਹੀਂ ਗਿਆ ਔਰ ਇਹ ਪੈਸਾ ਤੁਹਾਨੂੰ ਦਸੀਏ ਕਿ ਅਕਾਲੀ ਦੀ ਡਰਾ ਨੇ ਕਿੱਥੋਂ ਖਟਾ ਕੀਤਾ ਇਹ ਸਭ ਤੁਹਾਨੂੰ ਪਤਾ ਹੈ ਮੈਂ ਤਾਂ ਸਿਰਫ ਇਹ ਦੱਸਣਾ ਚਾਹਨਾ ਕਿ ਇਹ ਜੋ ਆਸਟ੍ਰੇਲੀਆ ਇਸ ਨੇ ਆਪਣੇ ਪਰਥੇਰੀਏ ਨੂੰ ਵਿਕਸਿਤ ਕਰਨ ਲਈ ਦੇਸ਼ਾਂ ਵਿਦੇਸ਼ਾਂ ਵਿੱਚ ਐਡਵਰਟਾਈਜ਼ਮੈਂਟ ਵੀ ਦਿੱਤੀਆਂ ਔਰ ਉਹਦੇ ਲਈ ਉਹਨਾਂ ਨੇ ਜਿੱਥੇ ਅਰਬਨ ਏਰੀਆ ਜਿਵੇਂ ਮੈਂ ਕਹਾਵਾ ਕਲਿਮੇਟਾਈਨ ਅਪਰ ਸਵਾਮ ਇਹ ਰੂਰਲ ਅਰਬਨ ਐਜ ਹੈ ਪਰਥ ਦੇ ਮੈਟਰੋਪੋਲੀਟਨ ਏਰੀਆ ਦੀ ਇਸ ਏਰੀਆ ਵਿੱਚ ਤਾਂ ਤੁਹਾਨੂੰ ਪ੍ਰਾਪਰਟੀ ਮਿਲਦੀ ਹੈ ਤੁਸੀਂ ਮਕਾਨ ਬਣਾਣਾ ਜਾਂ ਉਥੇ ਅਰਬਨ ਡਿਵੈਲਪਮੈਂਟ ਹੋਈ ਹੈ ਜਿਸ ਤਰ੍ਹਾਂ ਕਿ ਸਾਡੇ ਅਰਬਨ ਡਿਵੈਲਪਮੈਂਟ ਕਰਨ ਵਾਲੀਆਂ ਕੰਪਨੀਆਂ ਮਕਾਨ ਛੋਟੇ ਮਕਾਨ ਵੱਡੇ ਮਕਾਨ ਵੇਚਦੀਆਂ ਪਰ ਜਿਹੜੇ ਇਹ ਪਰਥ ਦਾ ਜਿਹੜੇ ਏਰੀਏ ਦੀ ਮੈਂ ਗੱਲ ਕਰ ਰਿਹਾ ਇਹਦਾ ਨਾਮ ਹੈ ਕੂਰੋ ਅਤੇ ਨਾਰਥ ਐਂਗਨੂ ਨਾਰਥ ਐਂਗਨੂ ਇਹਦੀ ਮੇਰੀ ਉਚਾਰਨ ਦੀ ਪ੍ਰੋਬਲਮ ਹੋ ਸਕਦੀ ਹੈ ਪਰ ਉਹਦੀ ਮੈਨੂੰ ਮਾਫੀ ਦਿਓਗੇ ਨਾਰਥ ਐਂਗਨੂ ਇਹ ਵੈਸਟਰਨ ਆਸਟ੍ਰੇਲੀਆ ਵਿੱਚ ਹੈ ਇਸ ਏਰੀਏ ਵਿੱਚ ਵੱਡੇ ਵੱਡੇ ਫਾਰਮ ਜੇ ਕੋਈ ਕਿ ਮੈਂ ਉੱਪਰ ਤੁਹਾਨੂੰ ਦੱਸ ਸਕਦਾ ਤੁਸੀਂ ਸ਼ੁਰੂ ਕਰੋ ਕਿਉਂਕਿ ਆਸਟ੍ਰੇਲੀਆ ਜਿਹੜਾ ਲੈਂਬ ਮੀਟ ਗੋਟ ਮੀਟ ਬੀਫ ਅਤੇ ਹੋਰ ਜੋ ਮੀਟ ਦੀਆਂ ਵੈਰਾਈਟੀਆਂ ਉਹਨਾਂ ਦਾ ਐਕਸਪੋਰਟਰ ਹੈ। ਉਹ ਤੁਹਾਨੂੰ ਆਸਟ੍ਰੇਲੀਆ ਬਾਰੇ ਇੱਕ ਜੋ ਗੱਲ ਦੱਸਣੀ ਇੱਥੇ ਜ਼ਰੂਰੀ ਹੈ ਕਿ ਆਸਟ੍ਰੇਲੀਆ ਕਿਉਂ ਇਨਕਰਜ ਕਰ ਰਿਹਾ ਹੈ ਕਿ ਉਹਦੇ ਮੁਲਕ 'ਚ ਦੂਸਰੇ ਮੁਲਕਾਂ ਤੋਂ ਜਾ ਕੇ ਲੋਕ ਜ਼ਮੀਨ ਖਰੀਦਣ। ਉਹਨੇ ਸਿਸਟਮ ਬੜਾ ਸਾਦਾ ਤੇ ਸਿੰਪਲ ਤੇ ਕਲੀਨ ਰੱਖਿਆ ਹੋਇਆ। ਉਸ ਦਾ ਵੀ ਪੈਸੇ ਨਾਲ ਕੋਈ ਸਬੰਧ ਨਹੀਂ ਕੋਈ ਕਿੱਥੋਂ ਲਿਆਇਆ ਜਿਵੇਂ ਕਿ ਤੁਸੀਂ ਦੇਖਿਆ ਯੂਏਈ 'ਚ ਕੋਈ ਪੁੱਛਦਾ ਨਹੀਂ ਤੁਸੀਂ ਫਲੈਟ ਖਰੀਦੋ ਮਕਾਨ ਖਰੀਦੋ bizness ਸ਼ੁਰੂ ਕਰੋ ਪੈਸਾ ਜਿੱਥੋਂ ਮਰਜੀ ਲਿਓ ਕੋਈ ਬੁਸ਼ਤਾ ਨਹੀਂ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਲੀਡਰਾਂ ਦੇ ਉੱਥੇ ਮਕਾਨ ਹੈ ਫਲੈਟ ਹੈ ਔਰ ਕੈਪਟਨ ਅਮਰਿੰਦਰ ਸਿੰਘ ਨੇ ਤੇ ਅਨਾਉਂਸ ਵੀ ਕੀਤਾ ਕਿ ਉਸਨੇ ਫਲੈਟ ਵੇਚਿਆ ਉੱਥੇ ਔਰ ਉੱਥੇ ਤੁਹਾਨੂੰ ਪਤਾ ਹੈ ਪਾਕਿਸਤਾਨ ਦੀ ਮਸ਼ਹੂਰ ਲੇਡੀ ਦੇ ਵੀ ਫਲੈਟ ਹੈ ਦੋ ਸੋ ਉੱਥੇ ਦਿੱਲੀ ਦੇ ਸ਼ਰਾਬ ਦੇ ਠੇਕੇਦਾਰਾਂ ਦੇ ਵੀ ਫਲੈਟ ਹੈ ਮੈਂ ਨਾ ਨਹੀਂ ਲੈਂਦਾ ਕਿਉਂਕਿ ਨਾ ਤੇ ਮੈਨੂੰ ਸਾਰਿਆਂ ਦੇ ਪਤਾ ਹਨ ਸੋ ਇਹ ਜੋ ਵਿਦੇਸ਼ਾਂ ਚ ਜ਼ਮੀਨਾਂ ਖਰੀਦੀਆਂ ਜਾਂਦੀਆਂ ਤੇ ਇਹ ਪੋਲੀਟਿਸ਼ੀਅਨ ਨਹੀਂ ਰਿਪੋਰਟ ਕਰਦੇ ਤੁਹਾਨੂੰ ਪਤਾ ਹੀ ਹੈ ਸਾਡੇ ਇੱਕ ਵੱਡੇ ਲੀਡਰ ਦੇ ਮਕਾਨ ਹੈਗੇ ਆਨ ਪਾਰਕਿੰਗ ਲਾਟ ਆਨ ਯੂ ਐਸ ਐਚ ਤੋਂ ਇਹ ਸਾਰਾ ਕੁਝ ਕਿਉਂ ਹੈ ਆਸਟ੍ਰੇਲੀਆ ਕਿਉਂ ਜ਼ਮੀਨ ਵੇਚ ਰਿਹਾ ਹੈ ਆਸਟ੍ਰੇਲੀਆ ਬਹੁਤ ਵੱਡਾ ਮੁਲਕ ਹੈ ਦੁਨੀਆ ਦਾ 5ਵੇਂ ਨੰਬਰ ਦਾ ਏਰੀਆ ਵਾਈਜ਼ ਜੀਓਗ੍ਰਾਫਿਕਲੀ ਵੱਡਾ ਮੁਲਕ ਹੈ ਇਸ ਦੇ ਮੁਕਾਬਲੇ ਵਿੱਚ ਹਨ ਰਸ਼ੀਆ ਚਾਈਨਾ ਯੂ ਐਸ ਏ ਇੰਡੀਆ ਇਹ ਤਕਰੀਬਨ ਯੂ ਐਸ ਏ ਚੋ ਜੇ ਅਲਾਸਕਾ ਕੱਢਦੀ ਹੈ ਤਾਂ ਉਸ ਦੇ ਬਰਾਬਰ ਦੀ ਇਹਨਾਂ ਕੋਲ ਜ਼ਮੀਨ ਹੈ ਧਰਤੀ ਹੈ ਉਹਨਾਂ ਦਾ ਜਿਹੜਾ ਟੋਟਲ ਕੰਟਰੀ ਦਾ ਜੀਓਗ੍ਰਾਫੀਕਲ ਮੈਪ ਹੈ ਉਹਦੇ ਵਿੱਚ ਜੋ ਧਰਤੀ ਆਂਦੀ ਹੈ ਉਹ ਆਸਟ੍ਰੇਲੀਆ ਦੀ ਤੇ ਯੂਐਸਏ ਦੀ तकरीबन तकरीबन ਬਰਾਬਰ ਹੈ ਜੇ ਉਹਦੇ ਵਿੱਚੋਂ ਅਲਾਸਕਾ ਕੱਢ ਦਈਏ ਅਲਾਸਕਾ ਯੂਐਸਏ ਨੇ ਰਸ਼ੀਆ ਤੋਂ ਕਿਸੇ ਭੱਲੇ ਵੇਕਤਾ ਚ 5 ਬਿਲੀਅਨ ਮਿਲੀਅਨ ਡਾਲਰ ਜਿਕੇ 5 ਬਿਲੀਅਨ ਡਾਲਰ ਚ ਮੈਨੂੰ ਗਜ਼ਾਇਟ ਦੀ ਬਦਾ ਸਸਤਾ ਜਾਈ ਵੇਚਤਾ ਸੀ ਰਸ਼ੀਆ ਉਦੋਂ ਕੰਗਾਲ ਸੀਗਾ ਉਹਨੂੰ ਪੈਸਾ ਚਾਹੀਦਾ ਸੀਗਾ ਸੋ ਇਸ ਵੀ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹਨਾ ਕਿ ਕੈਪਟਨ ਅਮਰਿੰਦਰ ਸਿੰਘ ਨੇ 시다르ਥ ਚਟੋਪਾਦਿਆ ਨੂੰ ਬਾਹਲੇ ਮੁਲਕ ਜਮਰੀਕਾ ਚ ਭੇਜਿਆ ਸੀ ਇਨਵੈਸਟੀਗੇਸ਼ਨ ਕਰਨ ਕਿਸੇ ਵੱਡੇ ਅਕਾਲੀ ਲੀਡਰ ਨੇ ਜੋ ਉੱਥੇ ਵਿਦੇਸ਼ਾਂ ਚ ਆਪਣੀ ਜੋ ਮੂਵੇਬਲ ਪ੍ਰਾਪਰਟੀ ਬਣਾਈ ਸੀ ਕਮਰਸ਼ਲ ਸੋ ਉਹ ਰਿਪੋਰਟ ਰੁੱਲ ਗਈ ਕਿਉਂਕਿ ਅਮਰਿੰਦਰ ਸਿੰਘ ਖੁਦ ਫਸ ਕੇ ਇੱਕ ਕੇਸ ਜਿਹੜਾ ਲੁਧਿਆਣੇ ਦਾ ਸਿਟੀ ਸੈਂਟਰ ਸੀ ਉਹ ਕੇਸ ਅਕਾਲੀਆਂ ਨੇ ਤੇ ਰਜਿਸਟਰ ਕੀਤਾ ਨਹੀਂ ਸੀ ਉਹ ਤਾਂ ਉਹਨਾਂ ਦੇ ਹੀ ਲੋਕਲ ਬਾਡੀ ਸੈਕਟਰੀ ਨੂੰ ਐ ਲੱਗਿਆ ਕਿ ਇਹਦੇ ਵਿੱਚ ਫਰਾਡ ਹੋਇਆ ਉਹਨਾਂ ਨੇ ਐਫ ਆਈ ਆਰ ਦਰਜ ਕਰਾਤੀ ਉਸ ਵੇਲੇ ਕੈਪਟਨ ਨਮਿੰਦਰ ਸਿੰਘ ਨੂੰ ਪਤਾ ਨਹੀਂ ਸੀ ਕਿ ਅੰਤ ਵਿੱਚ ਮੈਂ ਵੀ ਇਸ ਕੇਸ 'ਚ ਰਗੜੇ ਜਾ ਜਾਵਾਂਗਾ ਸੋ ਤੁਹਾਨੂੰ ਪਤਾ ਹੈ ਫਿਰ ਦੋਨਾਂ ਪਾਰਟੀਆਂ ਦਾ ਸੰਝੋਤਾ ਹੋ ਗਿਆ ਫਿਰ ਦੋਸਤ ਬਣ ਗਏ ਤੇ ਸਾਰਾ ਕੁਝ ਰਫਾ-ਦਫਾ ਹੋ ਗਿਆ ਸੋ ਮੈਂ ਇਸ ਚਰਚਾ ਨੂੰ ਇੱਥੇ ਸਮਾਪਤ ਕਰਦਾ ਅਤੇ ਆਪ ਜੀ ਨੂੰ ਇਹ ਦੱਸਣਾ ਚਾਹਨਾ ਕਿ ਇਹ ਜੋ ਜ਼ਮੀਨ ਖਰੀਦੀ ਗਈ ਹੈ ਇਸ ਬਾਰੇ ਸਾਨੂੰ ਸਭ ਜਨੂੰ ਪਤਾ ਹੋਣਾ ਚਾਹੀਦਾ ਹੈ ਇਸ ਚਰਚਾ ਨੂੰ ਇੱਥੇ ਸਮਾਪਤ ਕਰਦੇ ਹੋਏ ਮੇਰੀ ਆਪ ਜੀ ਨੂੰ ਗੁਜਾਰਿਸ਼ ਹੈ ਕਿ ਇਸ ਵੀਡੀਓ ਨੂੰ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਬੰਧੀਆਂ ਨਾਲ ਵੱਧ ਤੋਂ ਵੱਧ ਸਾਂਝੀ ਕਰੋ ਇਸ ਨੂੰ ਵੈਸੇ ਵੀ ਸ਼ੇਅਰ ਕਰੋ ਇਸ ਦਾ ਵੱਧ ਤੋਂ ਵੱਧ ਇਸ ਨੂੰ ਪ੍ਰਚਾਰੋ ਜਾਂ ਜੋ ਜੋ ਪੰਜਾਬ ਦੇ ਲੋਕ ਹਨ ਪੰਜਾਬੀ ਹਨ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੇ ਲੀਡਰਾਂ ਕੋਲ ਕਿੰਨਾ ਪੈਸਾ ਹੈ ਔਰ ਉਸ ਦੀ ਇਨਵੈਸਟਮੈਂਟ ਉਹ ਕਿਹੜੇ-ਕਿਹੜੇ ਮੋਲਕ ਵਿੱਚ ਕਿਵੇਂ ਕਰਦੇ ਹਨ ਇਸ ਨੂੰ ਤੁਸੀਂ ਸਮਝਾਓ ਧੰਨਵਾਦ ਸਾਸ਼ਟਰੀਆ ਕ